ਸਾਹਮਣੇ ਬੱਗੀ ਮੋਚੇ। ਅਸਲਾਮ ਅਲੈਕਮ ਸਜਣੋ ਤੇ ਬੇਲੀਓ, ਅੱਜ ਦਿਨ ਹੈ ਜੀ ਸੋਮਵਾਰ ਦਾ। ਇੱਕ ਵਾਰੀ ਫੇਰ ਸਿਆਲਕੋਟ ਦੇ ਸਭ ਤੋਂ ਸੱਚੇ ਤੇ ਸਸਤੇ ਵਪਾਰੀ ਚੌਧਰੀ ਮੋਹਸਨ ਗੁੱਜਰ ਸਾਹਿਬ ਦੇ ਡੇਰੇ 'ਤੇ ਮੌਜੂਦ ਹਾਂ ਅਤੇ ਮਾਸ਼ਾਅੱਲਾ ਚੌਧਰੀ ਸਾਹਿਬ ਨੇ ਕਮਾਲ ਕਰ ਦਿੱਤਾ ਦੋਸਤਾਂ ਵਾਸਤੇ। ਪਿਓਰ ਨੀਲੀ ਦੀਆਂ 3 ਝੋਟੀਆਂ ਅਤੇ ਇੱਕ ਪਹਿਲਨ ਮੱਛੀ ਲੈ ਕੇ ਆਏ ਨੇ। ਇੱਕ ਇੱਕ ਕਰਕੇ ਸਾਰੇ ਜਾਨਵਰਾਂ ਦੀ ਤਫਸੀਲ ਮਲੂਮ ਕਰ ਲੈਂਦੇ ਹਾਂ। ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਵੀ ਜ਼ਰੂਰ ਕਰੋ। ਆਓ ਜੀ ਮੋਹਸਨ ਸਾਹਿਬ ਸਾਹਮਣੇ। ਅਸਲਾਮ ਅਲੈਕਮ। ਵਾਲੇਕੁਮ ਸਲਾਮ ਜੀ ਤਾਰਕ ਭਾਈ, ਕੀ ਹਾਲ ਹੈ? ਸ਼ੁਕਰ ਹੈ ਅੱਲਾਹ ਪਾਕ ਦਾ, ਸੁਣਾਏ ਮੋਹਸਨ ਭਾਈ ਜੀ ਠੀਕ ਠਾਕ ਅੱਲਾਹ ਸ਼ੁਕਰ ਸਾਹਿਬ। ਜਨਾਬ ਡੇਰਾ ਚੌਧਰੀ ਮੋਹਸਨ ਸਾਹਿਬ ਦਾ ਪਿੰਡ ਗੁੱਬੇ ਚੱਕ ਸੀਲੋ ਜ਼ਿਲ੍ਹਾ ਸਿਆਲਕੋਟ, ਅਤੇ ਸਾਡੇ ਭਰਾਵਾਂ ਅੱਗੇ ਰਿਕੁਐਸਟ ਸੀ ਕਿ ਫਰਾਜ਼ ਭਾਈ ਨੂੰ ਐਕਸੀਡੈਂਟ ਹੋਇਆ ਹੈ ਅਤੇ ਉਹਨਾਂ ਦੀ ਦਵਾਈ ਸਿਹਤ ਵਾਸਤੇ ਦੁਆ ਕਰੋ। ਸਾਡੇ ਵੀ ਦਵਾਈ ਲੱਭਾ ਕੋਈ ਜਲਦ ਸੇ ਤੁਹਾਨੂੰ ਸ਼ੁਕਰ ਫਰਮਾਏ ਅਤੇ ਸਾਡੇ ਵਿੱਚ ਸ਼ਾਮਿਲ ਹੋਣ। ਅਤੇ ਮੋਹਸਨ ਸਾਹਿਬ ਕਿੰਨੇ ਜਾਨਵਰ ਨੇ ਭਾਈ? ਅੱਜ ਵਿਆਹੜੀਆਂ 2 ਸੁਬਾਹ ਵੇਚੀਆਂ ਨੇ, ਹੁਣ 2 ਇੱਕ ਵਿਆਹੜੀ ਇੱਕ ਹੋਰ, 3 ਝੋਟੀਆਂ ਨੇ। ਦੋਸਤ ਪਤਾ ਚੱਲੇਗਾ ਕਿ ਵਾਕਈ ਯਾਰ ਰੇਟ ਦਿੱਤੇ ਨੇ, ਪਤਾ ਚੱਲ ਜਾਏਗਾ। ਮੱਝਾਂ ਦਾ ਵੀ ਵੇਖ ਲੈਣ, ਮੱਝਾਂ ਵੀ ਵੇਖ ਲੈਣ ਲੋਕ, ਰੇਟ ਵੀ ਵੇਖ ਲੈਣ। ਲੋ ਜੀ ਦੋਸਤੋ, ਝੋਟੀ ਨੰਬਰ 1 ਮਾਸ਼ਾਅੱਲਾ, ਸੋਹਣੀਆਂ ਅੱਖਾਂ, ਅੱਜ ਬਹੁਤ ਚੈੱਕ ਕਰ ਲਓ, ਕੋਈ ਸ਼ੱਕ ਨੀ, ਵਾਕਈ ਬੱਗੀ ਮੋਛੇ, ਬੱਗੀ ਮੋਛੇ ਤੇ ਅੱਖਾਂ ਜੀ ਬਲਬ ਬਲਣ ਡੇ ਨੇ। ਥਨ ਚੈੱਕ ਕਰ ਲਓ, ਵਾਣਾ ਚੈੱਕ ਕਰ ਲਓ, ਮਾਸ਼ਾਅੱਲਾ ਸੋਹਣਾ ਚੱਡਾ ਕੀਤਾ ਹੈ। ਦੂਸਰਾ ਸੂਬਾ ਸੂਈ ਹੈ ਜੀ, ਦੂਸਰਾ ਸੂਬਾ ਝੋਟੀ ਸੂਈ ਹੈ। ਲਿਬਾਸ ਦੇਖੋ, ਟੱਕਾ ਲਾਉਣ ਵਾਲਾ ਮੈਂ ਕਹਿੰਦਾ ਵਾ ਕਿ ਲਾਂਦੀ ਹੁੰਦਾ ਹੈ, ਅਸੀਂ ਟੱਕਾ ਲਾਉਣ ਵਾਲੇ ਬੰਦੇ ਨੂੰ ਮੋਟੀ ਚਵਾਈ ਨਾ ਆਵੇ, ਝੋਟੀ ਦੀ ਹੋਏ ਜਿਹੜੀ ਮੋਟੀ ਝੋਟੀ ਫ੍ਰੀ ਦੇ ਦਾਂਗੇ। ਦੇਖੋ ਲਿਬਾਸ ਚੱਕੀ ਦਾ, ਲੋ ਜੀ ਦੋਸਤੋ ਲਿਬਾਸ ਚੈੱਕ ਕਰ ਲੋ। ਤੇ ਦੁੱਧ ਕਿੰਨਾ ਜੇ ਮੋਹਸਨ ਸਾਹਿਬ ਕੋਲ? ਬੋਲਾ ਜਿੱਦਾਂ ਤਾਰਕ ਸਾਹਿਬ, ਮੇਰੀ ਝੋਟੀ ਕੋਲ 12 ਕਿਲੋ, 12 ਕਿਲੋ ਦੋ ਟਾਈਮਾਂ ਦਾ ਦੋਸਤਾਂ ਨੂੰ ਦੱਸਾਂਗਾ ਮੈਂ, 11 ਕਿਲੋ। ਅੱਜ ਨੂੰ ਸੂਈ ਨੂੰ ਤੀਸਰਾ ਦਿਨ ਹੋਇਆ ਜੀ, ਕੱਟਾ ਸਭ ਨਾਲ ਨਾਲੋਂ ਕਾਵਾਂ ਨੇ ਖਿੱਚੜਿਆ ਅਜੇ ਮੇਰੇ ਕੋਲ ਇੱਥੇ ਕੱਟਾ ਵੇ, ਕੱਟੀ ਕੱਟਾ ਜੀ, ਇਹ ਦੇਖੋ ਜੀ ਦੋਸਤੋ, ਇਹ ਕੱਟੀ ਚੈੱਕ ਕਰ ਲਓ, ਕੱਟਾ 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 ਚੈੱਕ ਕਰ ਲਓ ਜੀ, ਮਾਸ਼ਾਅੱਲਾ ਸੋਹਣਾ ਕੱਟਾ ਵੇ। ਤੇ ਝੋਟੀ ਦਾ ਇੱਕ ਦਫਾ ਲਿਬਾਸ ਦੋਸਤਾਂ ਨੂੰ ਫੇਰ ਤਸੱਲੀ ਕਰਾ ਦਵੋ, ਥਣ ਛਣ ਵਹਾ ਦੋ ਕਿ ਨਹੀਂ ਤਾਂ ਥਣ ਚੈੱਕ ਕਰ ਲਓ ਜੀ, ਸੋਹਣੇ ਥਣ ਲੱਗੇ ਨੇ ਮਾਸ਼ਾਅੱਲਾ। ਲਿਬਾਸ ਚੈੱਕ ਕਰਾਓ, ਜਿੰਨੀ ਝੋਟੀ ਪਿੱਛੋਂ ਵੇ ਓਨੀ ਵੇ ਗੋਭੀ ਕਿੱਥੋਂ ਨਹੀਂ ਦੇ ਕੋਲ ਜਾਂਦੀ ਹੈ, ਇੱਕੋ ਜਿਹਾ ਚੱਲਦਾ ਝੋਟੀ। ਝੋਟੀ ਦਾ ਪਿਛਵਾੜਾ ਵੀ ਚੈੱਕ ਕਰ ਲਓ, ਲਓ ਜੀ ਸੋਹਣੇ ਥਣ ਲੱਗੇ ਮਾਸ਼ਾਅੱਲਾ, ਚੱਡਾ ਵੇਖੋ, ਲਿਬਾਸ ਵੇਖੋ ਜੀ, ਝੋਟੀ ਚੱਕ ਜ਼ੂਮ ਕਰਕੇ ਵਿਖਾਓ ਵਾਲੀ ਦਾ ਜ਼ਰਾ ਜੀ, ਇੰਜ ਲੱਗਦੇ ਨੇ ਚੈਨਲ ਦੇ ਬਲਬ ਬਲ ਰਹੇ ਨੇ ਜੀ, ਦੇਖੋ ਜੀ ਜੀ ਮੋਹਸਨ ਸਾਹਿਬ ਆਓ ਸਾਹਮਣੇ, ਝੋਟੀ ਨੰਬਰ 1 ਦਾ ਰੇਟ ਲਾਓ, ਝੋਟੀ ਦਾ ਲਾਓ ਪਾਣੀ ਖਾ ਤੇ ਫਿਰ ਕੱਲੀ ਹੱਡੀ ਵਿਖਾ ਦਿਓ, ਦੇਖੋ ਕੱਲੀ ਹੱਡੀ ਦੋਸਤਾਂ, ਕੱਲੀ ਕੱਲੀ ਹੱਡੀ ਦੀਆਂ ਸਾਡੇ ਕੁੱਤੇ ਨੇ ਝੋਟੀਆਂ, ਕੱਲੀ ਹੱਡੀ ਦੀਆਂ ਹੁਣ ਇੱਕ ਹੱਡੀ ਵਾਲੀ ਮੈਂ ਜੀ, ਮਾਸ਼ਾਅੱਲਾ ਝੋਟੀ ਮੇਰੀ ਇਹ ਆਪਣਾ ਤਾਰਕ ਸਾਹਿਬ 2,85,000 ਰੁਪਏ ਦੀ ਜੀ, ਕਿਸੇ ਭਰਾ ਨੂੰ ਚੰਗੀ ਲੱਗੇ 2,55,000 ਝੋਟੀ ਦੇ ਦਾਂਗਾ, 2,55,000 ਪਿਆਰ ਮਾ ਵਧ ਹੋ ਜਾਏਗੀ ਇਨਸ਼ਾਅੱਲਾ, ਉਹ ਤਾਂ ਸਾਰੀ ਗੱਲ ਹੈ ਕਿ ਮਾਮੂਲੀ ਜਿਹਾ ਪੱਕਾ ਤੇ ਪਿੰਡਾ ਰੇਟ ਝੋਟੀ ਮੇਰੀ ਪੂਰੇ 3,00,000 ਰੁਪਏ ਦੀ, ਠੀਕ ਹੋ ਗਿਆ, 2,55,000 ਕੱਟੀ ਦਾ ਰੇਟ ਆਇਆ। ਲਓ ਜੀ ਦੋਸਤੋ, ਝੋਟੀ ਨੰਬਰ 1 ਰੇਟ ਹੈ ਜੀ 2,55,000, ਥੋੜੀ ਬੋਤੀ ਪਿਆਰ ਨਾਲ ਵਧ ਹੋ ਜਾਏਗੀ। ਅੱਗੇ ਆ ਗਈ ਝੋਟੀ ਨੰਬਰ 2, ਲਓ ਜੀ ਦੋਸਤੋ ਚੈੱਕ ਕਰ ਲਓ ਜੀ ਮੋਹਸਨ ਸਾਹਿਬ, ਝੋਟੀ ਦਾ ਪੁੱਠਾ ਵਾਹ ਤਾਰਕ ਭਾਈ ਪਹਿਲੇ ਲਈ ਸਾਹਿਬ, ਪੁੱਠਾ ਜੀ ਪੁੱਠਾ ਆ ਹੁੰਦਾ ਇੱਕ ਡੀ, ਅਜੇ ਬੰਦੇ ਸਾਡੇ ਨਵੇਂ ਨੇ 2 ਵਜੇ ਦੇ ਨੇ, ਪੁੱਠਾ ਆ ਗਿਆ ਤੁਹਾਨੂੰ ਚੈੱਕ ਕਰੋ, ਜਿਹੜਾ ਲਿਬਾਸ ਵੀ ਚੈੱਕ ਕਰ ਲਓ, ਸੋਹਣੇ ਥਣ ਲੱਗੇ ਨੇ, ਮੁੱਠੀ ਥਣ ਨੇ ਮਾਸ਼ਾਅੱਲਾ, ਦੇਖੋ ਤੁਹਾਨੂੰ ਅੱਜ ਦੁੱਧ ਤੇ ਨਹੀਂ ਆਇਆ ਪਸਮੀ ਤੇ ਨਹੀਂ, ਟਾਈਮ ਲੱਗਾ ਡੰਗਰ ਪਸਮੇ ਹੁੰਦੇ, ਡਾਕਾ ਲੱਗਾ ਹੋਇਆ ਬਿਲਕੁਲ ਜੀ, ਅਸੀਂ ਆਨੇ ਕਿ ਡਾਕਾ ਲੱਗਿਆ ਲੈ ਬੰਦਾ, ਸੋਹਣੇ ਥਣ ਲੱਗੇ ਨੇ ਜੀ, ਸੋਹਣਾ ਪੁੱਠਾ ਪੁੱਠਾ ਵੀ ਚੈੱਕ ਕਰੋ ਮਾਸ਼ਾਅੱਲਾ, ਕੰਨ ਵਹਾ ਜੀ ਮੋਹਸਨ ਸਾਹਿਬ, ਕਿੰਨਾ ਸੁਆ ਇਹਦਾ? ਪਹਿਲਾ ਸੁਆ ਕੋ ਝੋਟੀ ਸੂਈ ਹੈ, ਛਿੱਗੀ ਇਹ ਕੰਨੀਆਂ ਕੱਢਦੀ ਹੈ ਵੀ, ਪਹਿਲੇ ਕਹੀ ਛਿੱਗੀ ਇਹ ਕੰਨੀਆਂ ਕੱਢਦੇ ਵੀ ਜਵਾਨ ਕਰਕੇ ਦੇਵਾਂਗੇ, ਮੂੰਹ ਤੂੰ ਛਿੱਗੀ ਆਉਂਦੀ ਹੈ ਜੀ, ਨਹੀਂ ਨਹੀਂ ਕੰਨੀਆਂ ਵੀ ਕੱਢਦੀ, ਕੰਨੀਆਂ ਕੱਢਦੀ ਹੈ ਜੀ, ਤੇ ਪਹਿਲਾ ਸੁਆ ਸੂਈ ਹੈ, ਤੇ ਸਿੰਗੀਆਂ ਚੈੱਕ ਕਰ ਲਓ, ਛੋਟੀਆਂ ਛੋਟੀਆਂ ਸਿੰਗੀਆਂ ਚੰਗੀ ਤਰ੍ਹਾਂ
छोटिया छोटिया सिंगिया लगिया ने माशाला बिलिया ਝੋਟੀ ਦਾ ਤਾਰਕ ਸਾਹਿਬ ਰੇਟ ਪੁੱਛਿਆ ਰੇਟ ਝੋਟੀ ਦਾ ਤੇ ਬੋਤਾ ਬਣਦਾ ਇੱਕ ਤੁਹਾਨੂੰ ਦੇਣਾ ਦੇ ਹਰੀ ਦਸੀ ਭਰਾਵਾਂ ਨੂੰ ਦੇ ਛੜਾਂਗੇ ਅਲੀ ਸਾਹਿਬ ਤੇ ਜੇ ਕਿਸੇ ਭਰਾ ਨੂੰ ਚੰਗੀ ਲੱਗੀ ਤੇ 2 ਲੱਖ ਤੇ 40 ਹਜ਼ਾਰ ਦੀ ਝੋਟੀ ਦੇ ਦਾਂਗੇ ਮਾਸ਼ਾਅੱਲ
ਨਾਲੋਂ ਬਲੋ ਜੇ ਐ ਝੋਟੀ ਦਾ ਝੋਟੀ ਕਿਸੇ ਕੋਲ ਵੀ ਹੁੰਦੀ ਝੋਟੀ 2 ਲੱਖ 80 ਹਜ਼ਾਰ ਤੋਂ ਕੋਈ ਘੱਟ ਕਿਸੇ ਨਹੀਂ ਦੇ ਲੇਕਿਨ ਹੁਣ ਕਿਉਂਕਿ ਜਾਇਜ਼ ਮਿਲੀ ਏ ਤੇ ਜਾਇਜ਼ ਹੀ ਦਾਂਗੇ ਭਰਾਵਾਂ ਠੀਕ ਹੋ ਗਿਆ ਲੋ ਜੀ ਦੋਸਤੋ ਚੈੱਕ ਕਰ ਲਓ ਝੋਟੀ ਨੰਬਰ 2 ਪਹਿਲਾ ਸਵਾਸ ਹੋਈ 2 ਲੱਖ 40 ਹਜ਼ਾਰ ਨਬਾ ਝੋਟੀ ਦਾ ਵੇਖ ਲਓ ਨਬਾ ਚੈੱਕ ਕਰ ਲਓ ਜਰਾ ਰੇਟ ਜੀ 2 ਲੱਖ 40 ਹਜ਼ਾਰ ਥਾਣਾ ਜੀ ਦੁੱਧ ਤੇ ਨਹੀਂ ਆਇਆ ਅਜੇ ਬਿਲਕੁਲ ਭੁੱਲੋ ਭੁੱਲੋ ਤਾਂ ਬੋਲੀ ਬੋਲੀ ਠੀਕ ਹੋ ਗਿਆ ਤੇ ਪਿੱਛੇ ਵਾਲੇ ਘਟੀ ਲੋ ਜੀ ਦੋਸਤੋ ਝੋਟੀ ਨੰਬਰ 3 ਆ ਗਈ ਅਗੇ ਤੁਸੀਂ ਇਹਨੂੰ ਮਾਜੀ ਕਹਿ ਲਓ ਕਿਨਵਾਸ ਹੋ ਰਿਹਾ ਹੈ 30 ਸਵਾਸ ਹੋ ਰਿਹਾ ਜਿਹੜਾ ਸੁਭਾ ਵੇ ਤੇ ਮਾਜੀ ਜਿਹੜਾ ਪਿੱਛੋਂ ਹੋ ਗਿਆ ਜਦ ਪੂਰਾ ਪੁੱਠਾ ਤੇ ਕੱਦ ਉਹ ਤੇਰਾ ਚੈੱਕ ਕਰੋ ਮੇਰੇ ਸਾਹ ਫਲਾਰਾ ਨਾ ਖਾ ਜਾਂਦੀ ਜਾਂਦੀ ਜਿਵੇਂ ਨਹੀਂ ਜਾਂਦੀ ਸੀ ਉਤ ਪੂਰਾ ਰੱਖਦਾ ਫਾਲੀ ਸਾਹਿਬ ਕੰਦ ਸੰਦ ਝੋਟੀ ਤੇ ਵਾਹ ਪੂਰਾ ਪੁੱਠਾ ਹੋ ਜੀ ਪੁੱਠਾ ਚੈੱਕ ਕਰੋ ਇੱਕ ਘੱਡੀ ਵਾਲੀ ਮੈਂ ਤੇ ਤੀਸਰਾ ਸੁਭਾ ਸੂਈ ਏ ਢੋਰ ਪੁੱਤਰ ਵੇਖ ਮਿੱਠੀ ਤੇ ਝੋਟੀ ਇਹ ਥਾਂ ਦੇਖੋ ਜੀ ਮਾਸ਼ਾਅੱਲਾ ਸੋਹਣੇ ਥਾਂ ਲੱਗੇ ਮੋਟੇ ਥਾਂ ਆ ਗਿਆ ਝੋਟੀ ਥਾਂ ਸੋਹਣੇ ਥਾਂ ਤੇ ਆ ਗਈ ਏ ਜੀ ਜੀ ਮੱਝ ਬਾਕੀ ਢਾਕਾ ਲੱਗਾ ਹੁੰਦਾ ਤੇ ਬਾਕੀ ਨਹੀਂ ਵੀ ਲੱਗਾ ਹੋਣਾ ਤੀਸਰਾ ਸੁਭਾ ਸੂਈ ਏ ਤੇ ਪਿੱਛੇ ਦੇ ਕੀ ਮੋਸ ਸਾਹਿਬ ਦੇ ਕੱਟਾ ਏ ਅੱਗੋਂ ਸੰਗੀ ਵਹਾਓ ਅੱਖ ਵਹਾਓ ਇੱਕ ਅੱਖ ਕਾਲੀ ਦੇ ਕੇ ਮੈਂ ਦੇਖ ਲਾ ਰਿਹਾ ਬਾਜ਼ਿਆ ਕਰ ਲਾ ਰਿਹਾ ਲੋ ਪਰਲੇ ਪਾਸੇ ਹੁਣ ਲੋ ਜੀ ਦੋਸਤੋ ਪੁੱਠਾ ਵਾਓ ਕੱਲੀ ਚੈੱਕ ਕਰੋ ਸਿੰਘ ਵਾਓ ਛੱਲੇ ਦਾ ਉਹਨਾਂ ਘਰ ਪੁੱਤਰ ਨੂੰ ਮੈਂ ਦੱਸਦਾ ਬਾਅਦ ਚੈੱਕ ਕਰੋ ਜੀ ਮਾਸ਼ਾਅੱਲਾ ਸਿੰਘ ਵੀ ਦਿਖਾ ਦੇ ਇਹ ਜਿਹੜੀ ਮੋਟੀ ਮਹੀਂ ਦੀ ਚੋਣ ਹੋ ਗਈ ਲੱਭਾ ਕੇ ਤੋਂ ਕੰਨ ਨਾਲ ਪੋਲੀ ਰੂਆਂ ਦਾ ਲੇਖਾ ਸਿਰੋ ਮੈਂ ਸਿੰਘ ਚੈੱਕ ਕਰ ਸਿੰਘ ਵਾਓ ਦੋ ਸਿਰ ਵਾਓ ਸੋਹਣੇ ਸਿੰਘ ਨੇ ਬੁੱਢੀ ਦੇ ਕੋਲ ਨਹੀਂ ਝੋਟੀ ਕਹਾਂਗਾ ਦੂਜੇ ਵੀ ਤੇ ਕੋਈ ਭਰਾਇਆ ਨਹੀਂ ਕਿਹਾ ਕਿ ਗਲਤ ਗਿਆ ਅੱਲਾ ਦੇ ਫਜ਼ਲ ਨਾਲ ਲੇਕਿਨ ਤੀਜੇ ਤੀਜੇ ਨਹੀਂ ਕਰਕੇ ਦੇਣੀ ਮਾਸ਼ਾਅੱਲਾ ਜੀ ਅਗਰ ਕੋਈ ਹੋਰ ਨਾ ਤਾਂ ਉਹਨੇ ਦੂਸਰਾ ਸੁਆ ਕੇ ਅਸੀਂ ਲੈ ਕੇ ਆਏ ਤੀਜੇ ਨੇ ਕਿਉਂ ਦੂਜਾ ਕਹਿਣਾ ਤੁਸੀਂ ਆਪਣੇ ਸਾਡੇ ਮਈਆਂ ਦੇ ਕੱਦ ਨਹੀਂ ਹੁੰਦੇ ਆਪਣਾ ਅਲੀ ਸਾਹਿਬ ਆਪਣਾ ਇਹ ਪਿੱਛੇ ਕੱਟੀ ਹੈ ਇਹਦੇ ਪਿੱਛੇ ਕੱਟਾ ਹੈ ਕੱਟਾ ਹੈ ਜੀ ਕਿੰਨੇ ਦਿਨ ਸੋਇਆ ਮੋਸਾ ਸਾਹਿਬ ਨੂੰ ਤਕਰੀਬਨ 22 ਦਿਨ ਜੇ ਸੋਈ 22 ਦਿਨ ਸੋਇਆ ਕੱਟਾ ਲਾਇਆ ਤਰੋਂ ਮਹੀਨੇ ਦਾ ਹੁੰਦਾ ਠੀਕ ਹੋ ਗਿਆ ਮਾਂ ਕੋਲ ਦੁੱਧ ਹੈ ਦਿਨ ਨੂੰ ਕਿਹ ਛੱਡਿਆ ਨਾ ਠੀਕ ਹੋ ਗਿਆ ਤੇ ਦੁੱਧ ਕਿੰਨਾ ਆਪਣਾ ਤਾਰਕ ਸਾਹਿਬ 12 ਕਿਲੋ ਹੈ ਲੇਕਿਨ ਇਹਦਾ ਵੀ 11 ਕਿਲੋ ਦਾਂਗੇ 11 ਕਿਲੋ ਦੋ ਟਾਈਮਾਂ ਦਾ ਦੋ ਟਾਈਮਾਂ ਬੱਚੇ ਸਮੇਤ ਠੀਕ ਹੋ ਗਿਆ ਐਵੇਂ ਨਾ ਤੁਸੀਂ ਕੱਦ ਦੇਖੋ ਮੇਰੇ ਮੁੰਡੇ ਦੇ ਵੱਜ ਜਾਂਦੀ ਹੈ ਇਹ ਕੱਦ ਚੈੱਕ ਕਰ ਲਓ ਦੂਰੋਂ ਤੁਹਾਨੂੰ ਵੈਸੇ ਚੈੱਕ ਕਰਾ ਰਹੇ ਆ ਕੋਈ ਰੂਮ ਸ਼ੂਮ ਨਹੀਂ ਕਰਨੀ ਕੋਈ ਰੂਮ ਸ਼ੂਮ ਨਹੀਂ ਆ ਕੱਦ ਬੋਤ ਚੈੱਕ ਕਰ ਲਓ ਜੀ ਮੋਸਾ ਸਾਹਿਬ ਝੋਟੀ ਨੰਬਰ 3 ਦਾ ਰੇਟ ਤਾਰਕ ਸਾਹਿਬ ਅੱਜ ਤੋਂ ਮਿੱਟੀ ਤੋਂ ਪਹਿਲੇ ਗਿਆ ਸੀ ਕਿ ਭਰਾ ਵਾਕੇ ਜਾ ਕੇ ਰੇਟ ਦਿੱਤੇ ਨੇ ਨਹੀਂ ਬਿਲਕੁਲ ਮناسب ਰੇਟ ਨੇ ਕੋਈ ਚੱਕ ਨਹੀਂ ਭਰਾ ਨੂੰ ਚੰਗੀ ਲੱਗੇ ਮੱਝ ਮੇਰੀ ਇਹ 2,95,000 ਰੁਪਏ ਜੀ ਕਿਸੇ ਨੂੰ ਵੀ ਚੰਗੀ ਲੱਗੇ ਤੇ ਪੱਕਾ ਤੇ ਫਾਈਨਲ ਰੇਟ 2,35,000 ਰੁਪਏ 2,35,000 ਜਿੰਦਾਬਾਦ ਰੇਟ ਮੇਰਾ ਵੇਖ ਬਹੁਤ ਮناسب ਰੇਟ ਹੈ ਜੀ 2,35,000 ਝੋਟੀ ਨੰਬਰ 3 ਮناسب ਲੱਭੀਆਂ ਇਹਦੇ ਮناسب ਲੱਭੀਆਂ ਦਵਾਂਗੇ ਪਹਿਲਾ ਪਿੱਛੇ ਆਇਆ ਵਾ ਇਹ ਪਿੱਛੋਂ ਜੀ ਯਾਰ ਇਹਦਾ ਪਿੱਛੇ ਵਾਲਾ ਪੂਰਾ ਕਾਲਾ ਪੁੱਠਾ ਵੇਖੋ ਜੀ ਪੁੱਠਾ ਕੱਲੀ ਹੱਡੀ ਵਾ ਦੇ ਕੱਲੀ ਹੱਡੀ ਤੇ ਪੁੱਠਾ ਚੈੱਕ ਕਰ ਲੋਗੇ ਥਾਣੇ ਦਾ ਫੇਰ ਚੈੱਕ ਕਰ ਲੋ ਲੋ ਜੀ ਦੋਸਤ ਅੱਛਾ ਥੋੜੀ ਜਿਹੀ ਵਜ੍ਹਾ ਜ਼ਿਆਦਾ ਆ ਗਿਆ ਥਣਾ ਤੂੰ ਇਹ ਜਿਹਾ ਥਾਂ ਨਾ ਮੈਂ ਲੈ ਵਾਲਾ ਇਹ ਜਿਹਾ ਲੰਮਾ ਲੱਗਦਾ ਵਾ ਇਹਦੇ ਵਿੱਚ 2-3 ਫਿਕਰ ਹੋਣ ਇਹਦੇ ਵਿੱਚ ਦੁੱਧ ਤਕਰੀਬਨ ਕੋਈ 5-7 ਧਾਰਾਂ ਘੱਟ ਨੇ ਘੱਟ ਤੋਂ ਮਰਾਦ ਕਿ ਇਹ ਦੁੱਧ 4-5 ਧਾਰਾਂ ਥਣ ਪਹਿਲੇ ਖਤਮ ਹੋ ਜਾਂਦਾ ਬਾਅਦ ਚ ਖਤਮ ਹੁੰਦਾ ਠੀਕ ਹੈ 4-5 ਧਾਰਾਂ ਜ਼ਿਆਦਾ ਜਿੰਦਾਬਾਦ ਜੀ ਲੋ ਜੀ ਜ਼ਿਆਦਾ ਕਰਨੀ ਜ਼ਰੂਰੀ ਹੈ ਜੀ ਮੋਸਾ ਸਾਹਿਬ ਨੇ ਤੁਹਾਡੇ ਅੱਖਾਂ ਸਾਹਮਣੇ ਜੀ ਤੇ ਇੱਕ ਆ ਬੱਚੀ ਹੈ ਜਨਾਬ ਇਹ ਆ ਗਈ ਜੀ ਬੱਚੀ ਇੱਕ ਹੀ ਬੱਚੀ ਹੈ ਲੋ ਜੀ ਦੋਸਤੋ ਪਾਣੀ ਉਹਦੀ ਵਜ੍ਹਾ ਹੈ ਕਿ ਚੰਗਾ ਆ ਗਈ ਤਕਰੀਬਨ 12 ਵਜੇ ਨਾਲ ਅੱਛਾ ਉਹ ਬੱਚਾ ਬੈਠਾ ਰੋਤੋ ਚੰਗਾ ਰੱਜ ਮਾਰ ਕੇ ਠੀਕ ਹੈ ਤੇ ਲੋ ਜੀ ਦੋਸਤੋ ਕਦਬੋ ਚੈੱਕ ਕਰ ਲਓ ਬੱਚੀ ਦਾ ਪਹਿਲਾ ਸੁਭਾ ਸੂਈ ਹੈ ਮੂੰਹ ਤੋਂ ਕਿੰਨੇ ਦਾ ਆਂਦੇ ਮੂੰਹ ਜਵਾਨ ਮੂੰਹ ਤੋਂ ਜਵਾਨ ਹੈ ਜੀ ਇਹ ਲੋ ਜੀ ਹੈ
ਥਾਣ ਕਿਆ ਕਰ ਲੋ ਮੁੱਠੀ ਥਾਣਨੇ ਦੀ ਵੇਖੀ ਸੋਹਣੇ ਥਾਣਨੇ ਤੇ ਮੁੱਠੀ ਥਾਣਨੇ ਦੇ ਬੱਚੇ ਨੇ ਚੌਂ ਛੜੀ ਜੀ 12 ਵਜੇ 12 ਵਜੇ ਦਾ ਬੱਚਾ ਮੈਂ ਤਾਂ ਬਾਅਦ ਥੋੜਾ ਡੋਣ ਹੈ ਲੇਕਿਨ 11 ਕਿਲੋ ਆ ਗਰੰਟੀ 11 ਲੀਟਰ ਦੀ ਗਰੰਟੀ ਜੀ ਦੋ ਟਾਈਮ ਦੀ ਬੱਚੇ ਨੇ ਛੱਡ ਗਏ ਨਹੀਂ ਬੱਚੇ ਸਮੇਤ ਜਿਹੜਾ ਵੀ ਸਾਰਾ ਬੱਚੇ ਸਮੇਤ ਦੱਸਾਂ ਕਿੰਨਾ ਸਰਕਾਰੀ ਮੌਸਮ ਦਾ ਫ੍ਰੀਜ਼ੀਅਨ ਤੇ ਚੋਲਸਤਾਨੀ ਕਰਾਸ ਫ੍ਰੀਜ਼ੀਅਨ ਤੇ ਚੋਲਸਤਾਨੀ ਦਾ ਕਰਾਸ ਲੋ ਜੀ ਦੋਸਤੋ ਚੈੱਕ ਕਰ ਲੋ ਵੈਲੀ ਮੇਰੀ ਪਿਛਲੀ ਵੀਡੀਓ ਵਿੱਚ ਵੀ ਆਇਆ ਤਾਰਕ ਭਾਈ ਜਿਹੜੀ ਮੰਗਲ ਵੀਡੀਓ ਬਣੀ ਹੈ ਨਾ ਜੀ ਜੀ ਲੇਕਿਨ ਵੈਲੀ ਕਿਸੇ ਭਰਾ ਨੇ ਟਕਾਈ ਸੀ ਤੇ ਲੱਗਦਾ ਵੀ ਭਲਾ ਕਰੇ ਕੋਈ ਐਸੀ ਮਸਲਾ ਨਹੀਂ ਆਇਆ ਇਨਸ਼ਾਅੱਲਾ ਅੱਜ ਵੀ ਕਰੀਏ ਪਿੱਛੇ ਦੇ ਕੀ ਹੈ ਜੀ ਪਿੱਛੇ ਦੇ ਆ ਬੱਚਾ ਹੈ ਬੱਬਰ ਜਿਹੜਾ ਸੋਹਣਾ ਬੱਚਾ ਜੀ ਮਾਸ਼ਾਅੱਲਾ ਐਸ ਚੁੰਗ ਗਿਆ 12 ਵਜੇ ਦਾ ਸਾਹ ਤਾਂ ਮਸਤ ਹੋ ਕੇ ਬੈਠਾ ਹੈ ਡੈਡ ਫ੍ਰੀਜ਼ੀਅਨ ਦੇ ਨਹੀਂ ਇਹ ਚੋਲ ਸਣ ਦਾ ਕਰਾਸ ਤੇ ਫ੍ਰੀਜ਼ੀਅਨ ਚੋਲਸਤਾਨੀ ਦਾ ਚੋਲਸਤਾਨੀ ਤੇ ਫ੍ਰੀਜ਼ੀਅਨ ਲੋ ਜੀ ਸੋਹਣਾ ਬੱਚਾ ਜੀ ਬਰੀਡ ਵਾਸਤੇ ਜੀ ਸੋਹਣੇ ਨਸਲ ਵਾਲਾ ਬੱਚਾ ਜੀ ਲੋ ਜੀ ਦੋਸਤੋ ਇੱਕ ਦਫਾ ਫੇਰ ਚੈੱਕ ਕਰ ਲੋ ਗਾਂ ਦੇ ਇਹਦਾ ਵੀ ਫਾਈਨਲ ਰੇਟ ਹੋਣਾ ਹੈ ਮੂੰਹ ਚੈੱਕ ਕਰ ਲੋ ਪੱਕਾ ਅੱਜ ਫਾਈਨਲ ਰੇਟ ਦੀ ਕਿਸੇ ਭਰਾ ਨੂੰ ਪਸੰਦ ਹੋਏ ਜੀ ਜੀ 1,85,000 ਦੀ ਵੈਡੀ ਦੇਣੀ ਇਹਦਾ ਰੇਟ ਪਿਛਲੀ ਵੀਡੀਓ ਚ 1,90,000 ਲਾਇਆ ਸੀ ਠੀਕ ਹੈ 5,000 ਲੈਸ ਕੀਤਾ ਐ ਲਬਾਸ 12 ਵਜੇ ਚੰਗਾ ਗਈ ਹੁਣ ਤਕਰੀਬਨ 4:30 ਦਾ ਟਾਈਮ ਹੋਇਆ ਤੇ ਭਰਾਵਾਂ ਬਹੁਤ 11 ਕਿਲੋ ਦੀ ਗਾਰੰਟੀ ਹੋਏਗੀ ਅੱਜ ਕਿਸੇ ਭਰਾ ਨੂੰ ਚੰਗੀ ਲੱਗੀ 1,85,000 ਰੁਪਏ ਦੀ ਵੈਡੀ ਦੇ 1,85,000 ਦੀ ਵੈਡੀ ਦਾ 11 किलो की ग्रंटी हो जाएगी 25 रुपए दी। बस बाकी भरावान जी मेहरबानी शुक्रिया जी बहुत बहुत शुक्रिया मोहसिन भाई अल्लाह हाफिज़।